ਅੱਜ ਸਤਿ ਸ਼੍ਰੀ ਅਕਾਲ ਸਰ, ਕਿਵੇਂ ਕੀ ਹਾਲ ਚਾਲ? ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਇੱਕ ਮਿਸਟੇਕ ਦੇ ਬਾਰੇ 'ਚ, ਜਿਸ ਦੇ ਕਰਕੇ ਤੁਹਾਡੀ ਮੋਨੇਟਾਈਜੇਸ਼ਨ ਜਿਹੜੀ ਹੈ ਡਿਸੇਬਲ ਹੋ ਸਕਦੀ ਹੈ, ਅਤੇ ਤੁਹਾਨੂੰ ਯੂਟਿਊਬ ਵੱਲੋਂ ਜਿਹੜੀ ਹੈ ਵਾਰਨਿੰਗ ਵੀ ਆ ਸਕਦੀ ਹੈ। ਮਿਸਟੇਕ ਜਾਣਨ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵਾਚ ਕਰਿਓ। ਵੀਡੀਓ ਵਧੀਆ ਲੱਗੇ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰੋ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਨੀਚੇ ਮੇਰੀ ਜਿਹੜੀ ਹੈ ਇੰਸਟਾਗ੍ਰਾਮ ਦੀ ਆਈਡੀ ਵੀ ਮੈਨਸ਼ਨ ਆ, ਇਹਨੂੰ ਫੋਲੋ ਜ਼ਰੂਰ ਕਰਿਓ। ਯੂਟਿਊਬ ਚੈਨਲ ਨੂੰ ਸਟਾਰਟ ਕਰਨ ਤੋਂ ਬਾਅਦ ਸ਼ੁਰੂਆਤੀ ਦਿਨਾਂ ਵਿੱਚ ਵਿਊ, ਸਬਸਕ੍ਰਾਈਬਰ ਵਗੈਰਾ ਕਿਸੇ ਵੀ ਜਿਹੜੇ ਆ ਪਰਸਨ ਨੂੰ ਨਹੀਂ ਆਉਂਦੇ। ਇਸ ਤੋਂ ਜਿਹੜਾ ਡੀਮੋਟੀਵੇਟ ਹੋ ਕੇ ਕੁਛ ਪਰਸਨ ਜਿਹੜਾ ਯੂਟਿਊਬ 'ਤੇ ਸਰਚ ਕਰਨਗੇ ਹਾਊ ਟੂ ਵਾਇਰਲ ਵੀਡੀਓ, ਅਤੇ ਉਸ ਵਿੱਚ ਜਿਹੜੀਆਂ ਕੁਛ ਇਸ ਤਰ੍ਹਾਂ ਦੇ ਜਿਹੜੇ ਆ ਤਰੀਕੇ ਦੱਸੇ ਹੁੰਦੇ ਨੇ ਜਿਹੜੇ ਅਲੀਗਲ ਹੁੰਦੇ ਨੇ, ਯੂਟਿਊਬ ਦੀ ਕਮਿਊਨਿਟੀ ਗਾਈਡਲਾਈਨਸ ਦੇ ਖਿਲਾਫ ਹੁੰਦੇ ਨੇ, ਉਹਨਾਂ ਹੀ ਤਰੀਕਿਆਂ ਵਿੱਚੋਂ ਇੱਕ ਤਰੀਕਾ ਜਿਹੜਾ ਹਰੇਕ ਕੋਈ ਜਿਹੜਾ ਪਰਸਨ ਆ ਅੱਜ ਕੱਲ੍ਹ ਯੂਜ਼ ਕਰਦਾ, ਉਹ ਜਿਹੜਾ ਕਮਿਊਨਿਟੀ ਗਾਈਡਲਾਈਨਸ ਦੇ ਖਿਲਾਫ ਆ ਯੂਟਿਊਬ ਦੀ। ਸਭ ਤੋਂ ਪਹਿਲਾਂ ਜਿਹੜਾ ਕੀ ਪਰਸਨ ਕੀ ਕਰਦੇ ਨੇ ਕਿ ਜਦੋਂ ਆਪਣੀ ਵੀਡੀਓ ਨੂੰ ਅਪਲੋਡ ਕਰਦੇ ਨੇ, ਉਸ 'ਤੇ ਟੈਗ ਸੈਕਸ਼ਨ ਹੁੰਦਾ, ਟੈਗਸ ਜਿਹੜੇ ਆ ਉਹ ਲਗਾਉਂਦੇ ਨੇ, ਉਹਨਾਂ ਨੂੰ ਕਾਪੀ ਕਰਕੇ ਸੇਮ ਟੂ ਸੇਮ ਐਜ਼ ਡਿਸਕ੍ਰਿਪਸ਼ਨ 'ਚ ਜਿਹੜਾ ਉਹਨੂੰ ਪੇਸਟ ਕਰ ਦਿੰਦੇ ਨੇ। ਇਹ ਜਿਹੜਾ ਚੀਜ਼ ਆ ਇਹ ਯੂਟਿਊਬ ਦੀ ਕਮਿਊਨਿਟੀ ਗਾਈਡਲਾਈਨਸ ਦੇ ਖਿਲਾਫ ਆ। ਇਸ ਦੇ ਨਾਲ ਕੀ ਹੋਊਗਾ, ਤੁਹਾਨੂੰ ਸਿੱਧਾ ਵਾਰਨਿੰਗ ਦਾ ਜਿਹੜਾ ਮੈਸੇਜ ਆਊਗਾ ਕਿ ਤੁਹਾਡੀ ਜਿਹੜੀ ਹੈ ਮੋਨੇਟਾਈਜੇਸ਼ਨ ਆ ਉਹਨੂੰ ਡਿਸੇਬਲ ਕਰ ਦਿੱਤਾ ਗਿਆ ਜਾਂ ਕਰ ਦਿੱਤਾ ਜਾਵੇਗਾ। ਇਸ ਚੀਜ਼ ਨੂੰ ਤੁਸੀਂ ਕਦੇ ਵੀ ਜਿਹੜਾ ਆ ਯੂਜ਼ ਨਹੀਂ ਕਰਨਾ। ਇਸ ਤਰੀਕੇ ਨਾਲ ਜਿਹੜਾ ਵੀਡੀਓ ਵਾਇਰਲ ਜ਼ਰੂਰ ਹੋਵੇਗੀ ਡੈਫੀਨੇਟਲੀ, ਪਰ ਜਿਹੜਾ ਆ ਤੁਹਾਡੇ ਚੈਨਲ ਨੂੰ ਰਿਸਕ ਬਣਿਆ ਰਹੂਗਾ। ਇਸ ਲਈ ਕਦੇ ਵੀ ਵੀਡੀਓ ਅਪਲੋਡ ਕਰਦੇ ਟਾਈਮ ਇੱਦਾਂ ਦੀ ਗਲਤੀ ਨਾ ਕਰੋ ਜਿਸ ਦੇ ਨਾਲ ਯੂਟਿਊਬ ਦੀ ਕਮਿਊਨਿਟੀ ਗਾਈਡਲਾਈਨਸ ਦੇ ਖਿਲਾਫ ਤੁਹਾਨੂੰ ਜਾਣਾ ਪਵੇ। ਇਹ ਛੋਟੀ ਜਿਹੀ ਵੀਡੀਓ ਸੀ ਜਿਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਕਿ ਯੂਟਿਊਬ 'ਤੇ ਵੀਡੀਓ ਅਪਲੋਡ ਕਰਦੇ ਟਾਈਮ ਕਦੇ ਵੀ ਇਹੋ ਜਿਹੀ ਮਿਸਟੇਕ ਨਹੀਂ ਕਰਨੀ। ਡੈਫੀਨੇਟਲੀ ਜਿਹੜੇ ਵਿਊਜ਼ ਵਧੀਆ ਆ ਜਾਣਗੇ, ਤੁਹਾਡੀ ਵੀਡੀਓ ਵਾਇਰਲ ਹੋ ਜੂਗੀ, ਪਰ ਯੂਟਿਊਬ ਦੀ ਕਮਿਊਨਿਟੀ ਗਾਈਡਲਾਈਨਸ ਦੇ ਇਹ ਖਿਲਾਫ ਆ। ਯੂਟਿਊਬ ਕਦੇ ਵੀ ਨਹੀਂ ਚਾਹੁੰਦਾ ਕਿ ਤੁਸੀਂ ਕਿਸੇ ਫੇਕ ਤਰੀਕੇ ਨਾਲ ਆਪਣੀ ਵੀਡੀਓ ਨੂੰ ਵਾਇਰਲ ਕਰੋ। ਅਗਰ ਤੁਸੀਂ ਯੂਟਿਊਬ 'ਤੇ ਲੰਬੇ ਸਮੇਂ ਤੱਕ ਕੰਮ ਕਰਨਾ ਚਾਹੁੰਦੇ ਆ, ਤਾਂ ਤੁਹਾਨੂੰ ਕਦੇ ਵੀ ਯੂਟਿਊਬ ਦੀ ਕਮਿਊਨਿਟੀ ਗਾਈਡਲਾਈਨਸ ਦੇ ਖਿਲਾਫ ਨਹੀਂ ਜਾਣਾ ਚਾਹੀਦਾ। ਆਈ ਹੋਪ ਜਿਹੜੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ। ਵੀਡੀਓ ਵਧੀਆ ਲੱਗੇ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਦੇ, ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ ਫੋਰ ਵਾਚਿੰਗ।